ਸਸਚੀਕਾਲ ਅੰਕਲ ਤੇਰੀ ਮਾਂ ਨੂੰ ਤੇਰੀ ਨੂੰ ਉਸ ਨਾਲ ਖੜੀ ਹੈ ਤੂੰ ਮਾਂ ਭੈਣ ਦੀਆਂ ਗਾਲਾਂ ਨਹੀਂ ਕਰ ਸਕਦਾ ਫਿਰ ਮੈਂ ਕੰਨ 'ਚ ਕੱਢ ਲੈਂਦਾ ਪਰ ਫਿਰ ਦੇਖ ਲੋ ਨਾ ਤਾਂ ਗਾਲ ਕੱਢਣ ਵਾਲੇ ਨੂੰ ਸਵਾਦ ਆਣਾ ਨਾ ਸੁਣਨ ਵਾਲੇ ਨੂੰ ਆਣਾ चक्कर चलना मेरा कितने की कहा दुबारे दस नाल चक्कर वापस थोड़ी मुड़े होने जब मैं एक बारी कहा चक्कर चलना तो बस चलता है साली गंदी औलाद ना मजा स्वाद मैं तेरे हाथ तोड़ देने जे मेरे मुरे होना है कीता पिट पिछे करा साले डमरू आ जड़ा पिछे बजाऊ ਤੁਹਾਡਾ ਮੁੰਡਾ ਮੇਰੀ ਧੀ ਨੂੰ ਪਿਆਰ ਕਰਦਾ ਹੈ ਹਾਂ ਬਾਹ ਬੇਟਾ ਦੋਨੋਂ ਠਰ ਕੇ ਐਸੀ ਗੱਲ ਦੀ ਤਾਂ ਬੰਦੇ ਤਾਂ ਆਪਣੀ ਪਹਿਲੀ ਘਰ ਵਾਲੀ ਤੋਂ ਜੀ ਨਹੀਂ ਭਰਦਾ ਔਰ ਦੂਜੀ ਚ ਕਿਵੇਂ ਇੰਟਰਸਟ ਲੈ ਲੂ ਕੋਈ ਡੇਢ ਬੰਦੇ ਹੁੰਦੇ ਆ ਜੀਜੋ ਦੂਜੀ ਥਾਂ ਵੀ ਲਾਲਾਂ ਸਿੱਟ ਲੈਂਦੇ ਆ ਸਾਹਿਬ ਜੀ ਹੱਥ ਪਾਈਓ ਉਹ ਹੱਥ ਪਾਈਓ ਨਹੀਂ ਹੱਥ ਪਵਾਈਓ ਹੁੰਦਾ ਜਿਸ ਹਿਸਾਬ ਨਾਲ ਤੂੰ ਬੋਲ ਰਿਹਾ ਨਾ ਕਿਸ ਦਿਨ ਜੀਜੂ ਨੇ ਸੱਚਮੁੱਚ ਤੈਨੂੰ ਹੱਥ ਪਾ ਲੈਣਾ ਕਿੰਨੀ ਦੇਰ ਆ ਕੰਮ ਚੱਲੂ ਜਿੰਨੀ ਦੇਰ ਹੁਣ ਚੱਲੂਗਾ ਚਲਾਉਣਾ ਹੀ ਪੈਣਾ ਵਾ ਉਹ ਭਰਾਵਾ ਛੇਤੀ ਤੂੰ ਭਰਜਾਈ ਨੂੰ ਲੈ ਕੇ ਇੱਥੋਂ ਨਿਕਲ ਯਾਰ ਹੁਣ ਖੜੇ ਪੈਰੀ ਲੈ ਕੇ ਕਿਵੇਂ ਨਿਕਲ ਜਾ ਥੱਲੇ ਬੈਠ ਲੈ ਹੁਣ ਬੈਠੇ ਪੈਰੀ ਹੋ ਗਿਆ ਹੁਣ ਨਿਕਲ ਇੱਕ ਗੱਲ ਸੁਣ ਲਓ ਜੀਜੂ ਇਹਨੂੰ ਮੈਂ ਆਪਣੇ ਦਿੱਦੇ ਦਾ ਘਰ ਨਿਪਟਣ ਦਿਆਂਗਾ ਸਰ ਜੀ ਮੇਰੇ ਕੋਲੋਂ ਹੋਰ ਬਰਦਾਸ਼ਤ ਨਹੀਂ ਹੋਣਾ ਮੇਰਾ ਤੁਸੀਂ ਸਵੇਰੇ ਹਿਸਾਬ ਕਰਦੇ ਹੋ ਬਸ ਉਹ ਤੂੰ ਸਵੇਰ ਨੂੰ ਰੋਣੀ ਆ ਮੈਨੂੰ ਲੱਗ ਰਿਹਾ ਸੀ ਜੀਜੂ ਤੇਰਾ ਹੁਣ ਹਿਸਾਬ ਕਿਤਾਬ ਕਰਨ ਨੂੰ ਸਾਲਾ ਇਹ ਜਿਹਾ ਗੰਦਾ ਸਾਲਾ ਨਾ ਚਿੱਟਾ ਨਾ ਕਾ ਕੱਟ ਸਿਆਣੇ ਕਹਿੰਦੇ ਆ ਜੇ ਸਿੱਧੀ ਉਂਗਲੀ ਨਾਲ ਕਿਉਂ ਨਾ ਨਿਕਲੇ ਉਂਗਲੀ ਟੇਢੀ ਕਰ ਲੈਣੀ ਚਾਹੀਦੀ ਆ ਤੇ ਵੱਧ ਸਿਆਣੇ ਪਤਾ ਹੀ ਕਹਿੰਦੇ ਆ ਬਈ ਆਪਾਂ ਉਂਗਲੀ ਲਿਬੇੜਨੀ ਕਿਉਂ ਹੈ ਕਿਸੇ ਨੂੰ ਕਹਿੰਦੇ ਆ ਨਾ ਕਿਉਂ ਕੱਢ ਕੇ ਸਾਡੀ ਕੋਲੀ 'ਚ ਪਾ ਦੇ ਐਡਵੋਕੇਟ ਢਿੱਲੋਂ ਨੇ ਗਾਲਾ ਕੋਟ ਐਵੇਂ ਨਹੀਂ ਪਾਇਆ ਵਕੀਲਾਂ ਦੀ ਯੂਨੀਫਾਰਮ ਮੈਂ ਤਾਂ ਪਾਇਆ ਕੋਈ ਕਾਲੇ ਕੱਚੇ ਵਾਲਾ ਕਹਿੰਦਾ ਸੁਣਿਆ ਵੀ ਕਾਲਾ ਕੱਚੋਂ ਹੀ ਨਹੀਂ ਪਾਇਆ ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਬਿੱਲੂ ਕੱਲਾ ਨਹੀਂ ਇੱਕ ਧੀ ਦਾ ਬਾਪ ਵੀ ਆਇਆ ਬੁਲਾ ਫਿਰ ਉਹਨਾਂ ਨੂੰ ਧੀ ਦਾ ਬਾਪ ਮੈਂ ਹੀ ਹਾਂ ਸਰ ਤੇਰੇ ਪਤੀ ਦੀ ਲੱਤਾਂ ਨਿਯਮਿਤ ਤੇਰਾ ਪਤੀ ਲੈਗ ਆਊਟ ਹੋ ਗਿਆ ਤੁਸੀਂ ਕੀ ਕਹਿ ਰਹੇ ਹੋ ਜਸ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੇਰੇ ਲੱਤਾਂ ਵਾਲੇ ਪਤੀ ਦਾ ਤੂੰ ਕੀ ਕਰੇਂਗੀ ਚੰਗਾ ਲੱਗੂ ਤੇਰਾ ਪਤੀ ਤੇਰੇ ਨਾਲ ਪੱਟਿਆ ਤੇ ਐ ਚੱਲਦਾ ਤੇਰੇ ਪਿਓ ਦੇ ਮੂੰਹੋਂ ਆਪ ਸੁਣ ਕੇ ਆਇਆ ਕਿ ਤੂੰ ਵਿਆਹ ਹੋਇਆ ਮੇਰੀ ਸ਼ਕਲ ਤੋਂ ਲੱਗਦਾ ਮੈਂ ਵਿਆਹ ਹੋਇਆ ਐਦਾਂ ਤਾਂ ਮੈਨੂੰ ਵੀ ਦੇਖ ਕੇ ਨਹੀਂ ਪਤਾ ਲੱਗਦਾ ਹੋਣਾ ਵੀ ਮੈਂ ਵਿਆਹ ਹੋਇਆ ਤੁਹਾਡੀ ਤਾਂ ਬੇਟੀ ਖੜੀ ਹੈ ਨਾ ਜੀ ਬਹਿ ਜਾਤੀ ਹੈ ਹੁਣ ਲੱਗਦਾ ਮੈਂ ਵਿਆਹ ਹੋਇਆ